ਗ੍ਰਾਮਰ ਪੁੱਛ ਰਹੇ ਨੇ ਸੋਡਾ ਕਿ ਤੁਹਾਡੇ ਕੋਲ ਜਿਹੜਾ ਇੱਕ ਮੁਰਗਾ ਹੈ ਸਾਨੂੰ ਦਵੋ ਤੇ ਇਹ ਪੱਠਾ ਜੀਵ ਜਾਰੀ ਹੈ ਕੱਖ ਤੋਂ ਇਹ ਕਾਣੀ ਕਿਵੇਂ ਹੋਈ ਸੀ ਤੇ ਕਾਣੀ ਚੂਚੀ ਨਾਲ ਲੜੀ ਸੀ ਕਿੱਲਾਂ ਵਾਲੀ ਨਾਲ ਦੋਸਤੋ ਹੁਣ ਮੈਂ ਜਾ ਰਿਹਾ ਅਲੀ ਦੇ ਵੱਲ ਕਿਉਂਕਿ ਅਲੀ ਦੀ ਮੈਨੂੰ ਕਾਲ ਆਈ ਸੀ ਸਵੇਰ ਉਹਨੇ ਮੈਨੂੰ ਕਿਹਾ ਸੀਗਾ ਕਿ ਮੇਰੇ ਕੋਲ ਆਈ ਮੁਰਗਾ ਜਿਹੜਾ ਬਿਮਾਰ ਹੋਇਆ ਮੇਰਾ ਜਿਹੜਾ ਲਾਲ ਉਹਨੇ ਨਵਾਂ ਲਿਆ ਸੀ ਹੁਣ ਵੇਖਦੇ ਹਾਂ ਕੀ ਕੰਡੀਸ਼ਨ ਆ ਉਹਦੀ ਚੱਲ ਕੇ ਭਾਅ ਜੀ ਅਸੀਂ ਪਹੁੰਚ ਗਏ ਹਾਂ ਭਾਅ ਜੀ ਅਸਲਾਮ ਅਲੈਕੁਮ ਅਸੀਂ ਤੁਹਾਡਾ ਆਪ ਲੋਕ ਦੇ ਇੱਥੇ ਇੰਤਜ਼ਾਰ ਕਰ ਰਹੇ ਹਾਂ ਭਾਅ ਜੀ ਆ ਗਏ ਹਾਂ ਭਾਅ ਜੀ ਸ਼ੁਕਰ ਅੱਲਾ ਪਾਕ ਦਾ ਫਿਰ ਫਾਰ ਤੁਸੀਂ ਸੁਣਾਓ ਅੱਲਾ ਦਾ ਕਰਮ ਚਲੋ ਖੋਲੋ ਭਾਅ ਜੀ ਬੂਹਾ ਸ਼ੂਆ ਤੇ ਖੋਲੋ ਆ ਜੀ ਦੇਖੋ ਹਾਂਜੀ ਮੈਂ ਨਾ ਰਾਤ ਦਾ ਬਹੁਤ ਪਰੇਸ਼ਾਨ ਇਹ ਤਾਂ ਖੋਲੇ ਕੋਣੀ ਸੀ ਮੁਰਗੇ ਤੋਂ ਆਪਕੋ ਦਿਖਾਣੇ ਤੇ ਇਸ ਲਈ ਅਜੇ ਖੋਲੇ ਵੀ ਤੋਂ ਅਮਾਦੀ ਨਾਲ ਲਾਈ ਆ ਪੱਠੇ ਦੇ ਆਹੋ ਯਾਰ ਮੇਰੀ ਸਲਾਹ ਆ ਕੇ ਨਾ ਮੌਸਮ ਅੱਗੋਂ ਸਾਫ ਆ ਰਿਹਾ ਆ ਵੇਖੋ ਹੁਣ ਢਿੱਲਾ ਢਿੱਲਾ ਤੇ ਕੋਈ ਸਮੇਂ ਨਹੀਂ ਲੱਗਦੀ ਇਹਨੂੰ ਤੇ ਉਂਝ ਵੀ ਸਫੈਦਾ ਹੋਇਆ ਵੇਖੇ ਨਾ ਇਹਨੂੰ ਸਫੈਦਾ ਹੋਇਆ ਰੇਸ਼ਾ ਵੀ ਆ ਇਹਨੂੰ ਇਹਨੂੰ ਬੁਖਾਰ ਵੀ ਹੋਇਆ ਪੱਠੇ ਨੂੰ ਸਫੈਦਾ ਬਾਂਗਾ ਸ਼ਾਂਗਾ ਦਿੰਦਾ ਕੋਈ ਨਹੀਂ ਦਿੰਦਾ ਕੋਈ ਸ਼ੈ ਨਹੀਂ ਥੱਲੇ ਕੁੱਲਾ ਛਾੜ ਕੇ ਵੇਚਦੇ ਆ ਜੇ ਅਗਲੇ ਦਿਨ ਅਲੀ ਨੇ ਲਿਆ ਮੁਰਗਾ ਤੇ ਮੁਰਗਾ ਜਿਹੜਾ ਸੁਸਤ ਹੈ ਇਹਦਾ ਨਹੀਂ ਤੇ ਜਿੱਡਾ ਨਹੀਂ ਤੇ ਜਵਾਨ ਪੱਠਾ ਵਾ ਇਹਨੂੰ ਚਾਹੀਦਾ ਆਉਣ ਨੂੰ ਮਸਤੀ ਕਰੇ ਪੂਰੀ ਠੀਕ ਹੈ ਪੱਠਾ ਬਿਮਾਰ ਹੋਇਆ ਪਹਿਲੇ ਨੰਬਰ 'ਤੇ ਤੁਸੀਂ ਇਹ ਮੈਨੂੰ ਦੱਸੋ ਇਹਨੂੰ ਕੀ ਰਾਤੀ ਕੀ ਪਾਇਆ ਇਹਨੂੰ ਪਾਏ ਨੇ ਰੋਟੀ ਦੇ ਭੋਰੇ ਭੇਜ ਕੇ ਰੋਟੀ ਦੇ ਜਿਹੜੇ ਭੋਰੇ ਆ ਨਾ ਉਹ ਮੇਰੀ ਗੱਲ ਜ਼ਿਹਨ 'ਚ ਕਰ ਲਾ ਰੋਟੀ ਦੇ ਭੋਰੇ ਬਿਲਕੁਲ ਨਹੀਂ ਤੂੰ ਪਾਣੇ ਆ ਗਿਆ ਅੱਜ ਤੋਂ ਬਾਅਦ ਕਿਉਂਕਿ ਮੇਰਾ ਵੀ ਜਿਹੜਾ ਤੇਰੇ ਕੋਲ ਨਹੀਂ ਸੀ ਲਿਆ ਚੀਨਾ ਪੱਠਾ ਹਾਂ ਉਹਨੂੰ ਵੀ ਇਹੀ ਮਸਲਾ ਬਣਿਆ ਪੋਟ ਦਾ ਤੇ ਇੰਜੀ ਉਹਨੂੰ ਵੀ ਬੁਖਾਰ ਚੜਿਆ ਕੱਲ ਦਾ ਵੀ ਉਹਦੀ ਵੀ ਤਬੀਅਤ ਖਰਾਬ ਹੋਈ ਅੱਛਾ ਜੀ ਤੂੰ ਵੀ ਮਿਹਰਬਾਨੀ ਕਰ ਤੇ ਬਾਜਰਾ ਪਿਆ ਵਾ ਘਰ ਕੋ ਨਹੀਂ ਪਿਆ ਨਹੀਂ ਬਾਜਰਾ ਤਾਂ ਨਹੀਂ ਅੱਜ ਲੈ ਆਏਗੇ ਉਹ ਨਵਾਂ ਲੈ ਕੇ ਆਣਾ ਤੂੰ ਪੈਸੇ ਆਪਣੇ ਭਰ ਕੇ ਸੋ ਦੋਸਤਾ ਵਾਧੂ ਹਫਤੇ ਵਾਸਤੇ ਮੁੱਕ ਠੀਕ ਹੈ ਓਕੇ ਭਾਵੇਂ ਬਿਲ ਸਾਰਾ ਬਾਜਰਾ ਨਾ ਵੀ ਪਾਈ ਥੋੜੀ ਜਿਹੀ ਗੰਦਮ ਕਣਕ ਨਹੀਂ ਭੇ ਕੇ ਜਾਂ ਸੁੱਕਾ ਭੇ ਕੇ ਸਾ ਧੋ ਕੇ ਨਾ ਜਰਾ ਦੋ ਤਿੰਨ ਵਾਰ ਜਿਹੜਾ ਧੋ ਕੇ ਬਾਜਰਾ ਉਹ ਤੂੰ ਪਾਣਾ ਇਹਨੂੰ ਠੀਕ ਹੈ ਇਨਸ਼ਾਅੱਲਾ ਸੈੱਟ ਹੋ ਜਾਏਗਾ ਕੋਈ ਕੋਈ ਗੋਲੀ ਛੋਲੀ ਜਾਂ ਟੀਕਾ ਸ਼ੀਕਾ ਲਾਣ ਦੀ ਤਾਂ ਨਹੀਂ ਜ਼ਰੂਰਤ ਟੀਕਾ ਸ਼ੀਕਾ ਲਾਣਾ ਮੈਂ ਉਹਨੂੰ ਟੀਕਾ ਵੀ ਲਾਵਾਂਗੇ ਤੁਹਾਨੂੰ ਦੱਸਦਾ ਮੈਂ ਟੀਕਾ ਵੀ ਸਭ ਤੋਂ ਪਹਿਲਾਂ ਤੇ ਤੂੰ ਇਹਨੂੰ ਜਿਹੜਾ ਨਾ ਕਾਲਪੋਲ ਦਾ ਸਿਰਪ ਜਿਹੜਾ ਨਾ ਉਹ 2 ਸੀਸੀ ਉਹ ਤੇ 2 ਸੀਸੀ ਪਾਣੀ ਵਿੱਚ ਮਿਕਸ ਕਰਕੇ ਉਹਨੂੰ ਤੂੰ ਪਿਲਾਣਾ ਠੀਕ ਹੈ ਉਹ ਤਾਂ ਬੁਖਾਰ ਪੂਰਾ ਜਿਹੜਾ ਉਹ ਬਹਾਲ ਕਰੇਗਾ ਠੀਕ ਹੈ ਠੀਕ ਹੋ ਗਿਆ ਤੇ ਆ ਰੇਸ਼ੇ ਵਾਸਤੇ ਕੀ ਰੇਸ਼ੇ ਵਾਸਤੇ ਰੇਸ਼ੇ ਵਾਸਤੇ ਗੋਲੀ ਤੂੰ ਲੀਫਲਾਕ ਦੀ ਵੀ ਲੈ ਸਕਦਾ ਵਾਂ ਲੀਫਲਾਕ ਦੀ ਗੋਲੀ ਸੈਪਟਰਾਂ ਡੀਐਸ ਦੀ ਵੀ ਗੋਲੀ ਤੂੰ ਲੈ ਸਕਦਾ ਵਾਂ ਸਹੀ ਹੈ ਠੀਕ ਹੈ ਸਭ ਤੋਂ ਪਹਿਲਾਂ ਤੂੰ ਸੈਪਟਰਾਂ ਡੀਐਸ ਦੇ ਜਿਹੜਾ ਨਾ ਇਹਨੂੰ ਗੋਲੀ ਦਾਦਾ ਹਿੱਸਾ ਉਹ ਗੁੜ ਵਿੱਚ ਕੁੱਟ ਕੇ ਉਹ ਦੇ ਕਿਉਂਕਿ ਜੇ ਨਾਰਮਲ ਐਡਾ ਜ਼ਿਆਦਾ ਕੋਣੀ ਠੀਕ ਸਹੀ ਤੇ ਇਨਸ਼ਾਅੱਲਾ ਠੀਕ ਹੋ ਜਾਏਗਾ ਚਲੋ ਅੱਲਾ ਖੈਰ ਠੀਕ ਠੀਕ ਹੋ ਗਿਆ ਤੇ ਬਾਕੀ ਹੁਣ ਜਿਹੜੇ ਕੋ ਨਵੇਂ ਮੁਰਗੇ ਲਿਆਨੇ ਆ ਉਹ ਕੋਣੀ ਤੂੰ ਵਹਾਏ ਹੋਏ ਕਹਿੰਦਾ ਸੀ ਲੈ ਕੇ ਆਣੇ ਆ ਤੁਹਾਨੂੰ ਵਿਖਾਵਾਂਗੇ ਹਜੇ ਵੀ ਵਿਖਾਣੇ ਸਰਪ੍ਰਾਈਜ਼ ਦੇਾਂਗੇ ਤੁਹਾਨੂੰ ਇਨਸ਼ਾਅੱਲਾ ਸਰਪ੍ਰਾਈਜ਼ ਤਾਂ ਦੇਣਾ ਹੈ ਕਾਫੀ ਦੋਸਤ ਪੁੱਛ ਰਹੇ ਸੀ ਯਾਰ ਤੁਸੀਂ ਜੇਕਰ ਨਹੀਂ ਦੇਣੇ ਆਪਣੇ ਦੋਸਤ ਕੋਲ ਹੀ ਪੁੱਛ ਦੋ ਕਿ ਮੁਰਗੇ ਸ਼ੁਰਗੇ ਹੈਗੇ ਆ ਨਹੀਂ ਯਾਰ ਮੁਰਗੇ ਮੈਂ ਸੇਲ ਨਹੀਂ ਕਰਦਾ ਤੁਹਾਨੂੰ ਪਤਾ ਦੋਸਤ ਭਾਈ ਸੇਲ ਤੇ ਨਹੀਂ ਕਰਦਾ ਲੇਕਿਨ ਕੋਈ ਦਵੋ ਨਾ ਕੋ ਸਾਡੇ ਸਬਸਕ੍ਰਾਈਬਰ ਪੁੱਛ ਰਹੇ ਨੇ ਤੁਹਾਡਾ ਕਿ ਤੁਹਾਡੇ ਕੋਲ ਜਿਹੜਾ ਇੱਕ ਮੁਰਗਾ ਹੈ ਸਾਨੂੰ ਦਵੋ ਤੇ ਇਹ ਪੱਠਾ ਤੁਹਾਡਾ ਅਜੇ ਤੇ ਬਿਮਾਰ ਹੋਇਆ ਨੂੰ ਸੈਟਮੈਂਟ ਕਰ ਲਈ ਯਾਰ ਫਿਰ ਕੋਈ ਹਿਸਾਬ ਕਿਤਾਬ ਕਰਿਓ ਜਿਹੜਾ ਦੇਣਾ ਹੈ ਠੀਕ ਹੈ ਠੀਕ ਹੈ ਸਾਨੂੰ ਲਾਜ਼ਮੀ ਅਸੀਂ ਭਾਵੇਂ ਲੈ ਲਵਾਂਗੇ ਸਬਸਕ੍ਰਾਈਬਰ ਨਾਲ ਯਾਰ ਤੁਹਾਡਾ ਤੁਹਾਡਾ ਚੂਚਾ ਚੰਗਾ ਚੂਚਾ ਚੰਗਾ ਹੀ ਹੈ ਹੁਣ ਤੂੰ ਆਪੇ ਆਣਾ ਚੰਗਾ ਚੂਚਾ ਨਹੀਂ ਚੰਗਾ ਚੂਚਾ ਆ ਵਿਚਾਰੀ ਕਾਣੀ ਮਾਦੀ ਵੀ ਨਾਲ ਇਹਨੇ ਛੱਡੀ ਹੈ ਪਰਾਂ ਕਰੇ ਕਾਣੀ ਮਾਦੀ ਨੂੰ ਫੜ ਕੇ ਵਹਾ ਯਾਰ ਇਹਦੇ ਨਾਲ ਕੀ ਹੁਣ ਲਾਇਆ ਨੂੰ ਕੁਛ ਹੈ ਖਰਾਬ ਖਰੋਗ ਦੇ ਇਹਨੂੰ ਇਹ ਲਿਸੀ ਹੋਈ ਜਾਂਦੀ ਹੈ ਦਿਨ ਪਰ ਪਤਾ ਨਹੀਂ ਯਾਰ ਕੋਈ ਸਮਝ ਨਹੀਂ ਕਮਜ਼ੋਰੀ ਹੋਈ ਜਾ ਰਹੀ ਹੈ ਪਤਾ ਨਹੀਂ ਬੁੱਢੀ ਹੋ ਗਈ ਹੈ ਕਾਣੀ ਹੋ ਗਈ ਵਿਚਾਰੀ ਹੈ ਕੱਖ ਤੋਂ ਇਹ ਕਾਣੀ ਕਿਵੇਂ ਹੋਈ ਸੀ ਇਹ ਕਾਣੀ ਚੂਚੀ ਨਾਲ ਲੜੀ ਸੀ ਕਿੱਲਾਂ ਵਾਲੀ ਨਾਲ ਕਿੱਲਾਂ ਵਾਲੀ ਨਾਲ ਲੜਾ ਦਿੱਤੀ ਆ ਬਾਕੀ ਚੈੱਕ ਕਰੋ ਮੁਰਗੇ ਇਹ ਭਾਜੀ ਮਾਂ ਹੈ ਚੀਨੇ ਮੁਰਗੇ ਦੀ ਜੇ ਅੱਗੇ ਵੀ ਮੈਂ ਦੱਸਿਆ ਸੀ ਵੀਡੀਓ ਜੇ ਅਗਰ ਕਿਸੇ ਨਹੀਂ ਵੀ ਪਤਾ ਜਿਹੜਾ ਮੇਰੇ ਕੋਲ ਚੀਨਾ ਪੱਠਾ ਜੀ ਉਹਦੀ ਮਾਂ ਹੈ ਠੀਕ ਆ ਤੁਸੀਂ ਦਵਾ ਦੂ ਕਰਿਓ ਯਾਰ ਉਹ ਪੱਠਾ ਜਰਾ ਲਿਸਾ ਹੋਇਆ ਤੇ ਮੈਂ ਚੈੱਕ ਕਰਾਉਣਾ ਵਾ ਚੈੱਕ ਤੂੰ ਵੇਖੀ ਆ ਠੀਕ ਆ ਠੀਕ ਹੈ ਕਰਾਇਆ ਇਹ ਮਾਦੀ ਹੈ ਜੀ ਮਾਸ਼ਾਅੱਲਾ ਸ਼ੋਕ ਕਰਕੇ ਦੱਸਿਓ ਹਾਂ ਭਾਈ ਜਾਨ ਕਿੱਦਾਂ ਦੀ ਮਾਦੀ ਤੁਹਾਨੂੰ ਲੱਗੀ ਹੈ ਇਹ ਪੱਲੇ ਪੁੱਲੇ ਵੀ ਦੇਖ ਲਓ ਮਾਦੀ ਦੇ ਇਹਦੀਆਂ ਨਲੀਆਂ ਦਿਖਾ ਯਾਰ ਆਹ ਨਲੀਆਂ ਮਾਸ਼ਾਅੱਲਾ ਹਲਕੀਆਂ 14 ਨਲੀਆਂ ਇਹਦੀਆਂ ਪੀਲੀ ਨੋਕ ਨਲੀ ਚ ਬਾਕੀ ਛੱਡ ਦਿਓ ਭਾਅ ਜੀ ਥੱਲੇ ਹੁਣ ਜਿਹੜਾ ਮੈਂ ਤੈਨੂੰ ਤਰੀਕਾ ਦੱਸਿਆ ਉਹ ਲਾਜ਼ਮੀ ਕਰਨਾ ਆਪਣੇ ਠੀਕ ਹੈ ਕਰਾਂਗੇ ਇਨਸ਼ਾਅੱਲਾ ਤਾਲਾ ਕਰਾਂਗੇ ਇਧਰੋਂ ਸੁਣ ਕੇ ਇਧਰੋਂ ਕੱਢ ਨਹੀਂ ਕੱਢਦਾ ਹਾਂ ਇਹ ਮਿਹਰਬਾਨੀ ਕਰਨੀ ਮੈਂ ਕਰਾਂਗੇ ਉਸ ਤੋਂ ਅੱਜ ਹੈ ਵੀ ਜੁਮਾ ਵਾ ਜੁਮਾ ਪੜਨ ਜਾਣਾ ਜਾਣਾ ਹੈ ਜਾਣਾ ਇਨਸ਼ਾਅੱਲਾ ਤੇ ਨਾਲ ਜਾਵਾਂਗੇ ਪਿਛਲੀ ਵਾਰ ਪਿਛਲੀ ਵਾਰ ਨਹੀਂ ਗਿਆ ਕੋਣ ਸੀ ਕੋਣ ਨਹੀਂ ਗਿਆ ਅੱਛਾ ਠੀਕ ਹੈ ਸਾਡਾ ਆਫਰ ਜਿਹੜਾ ਨਾ ਧੋ ਕੇ ਆ ਗਿਆ ਜੁਮਾ ਪੜਨ ਚੱਲੇ ਆ ਅਸੀਂ ਵੀ ਜਾਣਾ ਇਨਸ਼ਾਅੱਲਾ ਆਫਰ ਜੀ ਇਹਨੂੰ ਵੀ ਆਖੋ ਕਿ ਜੁਮਾ ਪੜੇ ਕਰਾਂਗੇ ਆਹਾ ਬਹੁਤ ਚੰਗਾ ਨਾ ਮੈਂ ਯਾਰ ਜੁਮਾ ਨਹਾਣਾ ਮੈਂ ਹਫਤਾ ਹੋ ਗਿਆ ਨਹਾਤਾ ਕੋਈ ਨਹੀਂ ਤੇ ਅੱਜ ਨਹਾਣਾ ਆਹੋ ਧਿਆਨ ਨਾਲ ਨਹਾਣਾ ਧੋਣਾ ਜੁਮਾ ਸ਼ਮਾ ਪੜ ਕੇ ਅਸੀਂ ਵੀ ਚੱਲਦੇ ਆ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਓਕੇ ਇਨਸ਼ਾਅੱਲਾ ਤਾਲਾ ਓਕੇ ਅੱਲਾ ਹਾਫਿਜ਼ ਟੇਕ ਕੇਅਰ ਟੇਕ ਕੇਅਰ